ਵੈਲੈਂਟਾਈਨ ਬਾਰੇ ਤਾਂ ਸਾਰੇ ਹੀ ਜਾਣਦੇ ਨੇ ਕਿ ਇਸ ਨੂੰ ਪਿਆਰ ਮੁਹੱਬਤ ਦਾ ਤਿਉਹਾਰ ਮੰਨਿਆ ਜਾਂਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਇਸ ਦੀ ਸ਼ੁਰੂਆਤ ਕਿੱਥੋਂ ਹੋਈ ਹੈ ਅਤੇ ਇਸ ਦੇ ਪਿੱਛੇ ਕੁਝ ਡਾਰਕ ਪਹਿਲੂ ਵੀ ਨੇ। ਵੈਲੈਂਟਾਈਨ ਦਾ ਸੰਬੰਧ ਪ੍ਰਾਚੀਨ ਰੋਮਨ ਤਿਉਹਾਰ ਲੁਪਰੀਕੈਲੀਆ ਨਾਲ ਜੁੜਦਾ ਹੈ, ਜਿਹੜਾ ਕਿ ਰੋਮਨ ਦੇਵਤਾ ਲੁਪਰੀਕਸ ਦੇ ਸਮਾਨ ਵਿੱਚ ਮਨਾਇਆ ਜਾਂਦਾ ਸੀ। ਲੁਪਰੀਕਸ ਨੂੰ ਫਰਟੀਲਿਟੀ ਦਾ ਦੇਵਤਾ ਮੰਨਿਆ ਜਾਂਦਾ ਸੀ। ਇਹ ਤਿਉਹਾਰ ਬਸੰਤ ਰੁੱਤ ਦੇ ਆਉਣ ਦੀ ਖੁਸ਼ੀ ਵਿੱਚ ਅਤੇ ਚੰਗੇ ਪਸ਼ੂ ਆਦਿ ਹੋਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਸੀ। ਇਹ ਤਿਉਹਾਰ 13 ਤੋਂ ਲੈ ਕੇ 15 ਫਰਵਰੀ ਦੇ ਵਿੱਚ ਮਨਾਇਆ ਜਾਂਦਾ ਸੀ। ਇਹ ਤਿਉਹਾਰ ਰੋਮ ਦੇ ਵਿੱਚ ਮਨਾਇਆ ਜਾਂਦਾ ਸੀ। ਇਸ ਦੇ ਨਾਲ ਕੁਛ ਕਰੂੜ ਪਹਿਲੂ ਜਿਹੜੇ ਉਹ ਵੀ ਜੁੜੇ ਹੋਏ ਹਨ। ਇਸ ਦਿਨ ਜਿਹੜੇ ਮਰਦ ਹੁੰਦੇ ਸੀ ਉਹ ਸ਼ਰਾਬ ਆਦਿ ਪੀਂਦੇ ਸੀ, ਕੁੱਤੇ ਅਤੇ ਬੱਕਰੀਆਂ ਦੀ ਬਲੀ ਦਿੱਤੀ ਜਾਂਦੀ ਸੀ ਅਤੇ ਹੋਰ ਵੀ ਕਾਫੀ ਰੀਤੀ ਰਿਵਾਜ਼ ਉਹਨਾਂ ਵੱਲੋਂ ਕੀਤੇ ਜਾਂਦੇ ਸੀ, ਜਿਨ੍ਹਾਂ ਵਿੱਚ ਔਰਤਾਂ ਨੂੰ ਕੋੜੇ ਮਾਰਨਾ ਵੀ ਸ਼ਾਮਿਲ ਹੁੰਦਾ ਸੀ। ਇੱਕ ਵੱਡੇ ਸਾਰੇ ਜਾਤ ਦੇ ਵਿੱਚ ਜਿੰਨੀਆਂ ਵੀ ਇਲਾਕੇ ਦੀਆਂ ਜਵਾਨ ਔਰਤਾਂ ਹੁੰਦੀਆਂ ਸੀ ਉਹਨਾਂ ਦੇ ਨਾਮ ਪਰਚੀਆਂ ਉੱਤੇ ਲਿਖ ਕੇ ਪਾ ਦਿੱਤੇ ਜਾਂਦੇ ਸੀ ਅਤੇ ਫਿਰ ਉਹ ਪਰਚੀਆਂ ਕੱਢੀਆਂ ਜਾਂਦੀਆਂ ਸੀ। ਜਿਹੜੀ ਪਰਚੀ ਜਿਹੜੇ ਮਰਦ ਦੇ ਹੱਥ ਹੁੰਦੀ ਸੀ ਉਹ ਉਸ ਔਰਤ ਨੂੰ ਉਸ ਦੇ ਨਾਲ ਇਹ ਤਿਉਹਾਰ ਮਨਾਉਣਾ ਪੈਂਦਾ ਸੀ ਅਤੇ ਉਹ ਤਿਉਹਾਰ ਦੇ ਦੌਰਾਨ ਉਸਨੂੰ ਉਸ ਮਰਦ ਦੇ ਨਾਲ ਰਹਿਣਾ ਪੈਂਦਾ ਸੀ ਅਤੇ ਫਿਜ਼ੀਕਲ ਰਿਲੇਸ਼ਨ ਵੀ ਬਿਲਡ ਕਰਨੇ ਪੈਂਦੇ ਸੀ ਅਤੇ ਜੇਕਰ ਉਸ ਮਰਦ ਨੂੰ ਚੰਗਾ ਲੱਗੇ ਤਾਂ ਉਸ ਦੇ ਨਾਲ ਵਿਆਹ ਵੀ ਕਰਵਾ ਲੈਂਦਾ ਸੀ। ਇਹ ਸੀ ਜੀ ਇਸ ਦੇ ਪਿੱਛੇ ਦਾ ਡਾਰਕ ਪਹਿਲੂ। ਹੁਣ ਗੱਲ ਕਰਦੇ ਹਾਂ ਕਿ ਇਸ ਨੂੰ ਵੈਲੈਂਟਾਈਨ ਡੇ ਕਿਉਂ ਕਿਹਾ ਜਾਂਦਾ ਹੈ। ਇਸ ਨੂੰ ਵੈਲੈਂਟਾਈਨ ਡੇ ਸੰਤ ਵੈਲੈਂਟਾਈਨ ਦੇ ਕਰਕੇ ਕਿਹਾ ਜਾਂਦਾ ਹੈ। ਹੁਣ ਜਾਣਦੇ ਸੰਤ ਵੈਲੈਂਟਾਈਨ ਕੌਣ ਸੀ। ਵੈਸੇ ਤਾਂ ਕਾਫੀ ਸਾਰੇ ਸੰਤ ਵੈਲੈਂਟਾਈਨ ਹੋਏ ਹਨ, ਪਰ ਕੈਥੋਲਿਕ ਚਰਚ ਦੇ ਅਨੁਸਾਰ ਸੰਤ ਵੈਲੈਂਟਾਈਨ ਇੱਕ ਰੋਮਨ ਪਾਦਰੀ ਸੀ ਜੋ ਕਿ 3rd century ਵਿੱਚ ਹੋਇਆ। ਉਸ ਸਮੇਂ ਰੋਮਨ ਸ਼ਾਸਕ ਕਲੌਡੀਅਸ 2nd ਦਾ ਰਾਜ ਸੀ। ਉਹ ਆਪਣੀ ਕਰੂਰਤਾ ਲਈ ਜਾਣਿਆ ਜਾਂਦਾ ਸੀ। ਕਲੌਡੀਅਸ ਚਾਹੁੰਦਾ ਸੀ ਕਿ ਉਸਦੀ ਫੌਜ ਸਭ ਤੋਂ ਤਾਕਤਵਰ ਹੋਵੇ, ਇਸ ਲਈ ਉਸਨੇ ਇੱਕ ਸਰਵੇ ਕੀਤਾ ਅਤੇ ਪਤਾ ਲਗਾਇਆ ਕਿ ਜਿਹੜੇ ਸੈਨਿਕ ਕੁਆਰੇ ਹਨ ਉਹ ਵਿਆਹੇ ਸੈਨਿਕਾਂ ਦੇ ਮੁਕਾਬਲੇ ਜ਼ਿਆਦਾ ਤਾਕਤਵਰ ਹਨ, ਇਸ ਲਈ ਉਸਨੇ ਸੈਨਿਕਾਂ ਦੇ ਵਿਆਹ 'ਤੇ ਰੋਕ ਲਗਾ ਦਿੱਤੀ। ਪਰ ਇਹ ਗੱਲ ਸੰਤ ਵੈਲੈਂਟਾਈਨ ਨੂੰ ਬਹੁਤ ਗਲਤ ਲੱਗੀ ਅਤੇ ਸੰਤ ਵੈਲੈਂਟਾਈਨ ਨੇ ਚੋਰੀ ਛੁਪੇ ਸੈਨਿਕਾਂ ਦੇ ਵਿਆਹ ਕਰਾਉਣੇ ਸ਼ੁਰੂ ਕਰ ਦਿੱਤੇ। ਪਰ ਜਦੋਂ ਇਸ ਗੱਲ ਦਾ ਪਤਾ ਕਲੌਡੀਅਸ ਨੂੰ ਲੱਗਾ ਤਦ ਉਸਨੇ ਸੰਤ ਵੈਲੈਂਟਾਈਨ ਨੂੰ ਜੇਲ੍ਹ ਵਿੱਚ ਭੇਜ ਦਿੱਤਾ। ਰਾਜੇ ਕਲੌਡੀਅਸ ਦੀ ਇੱਕ ਲੜਕੀ ਸੀ ਜੋ ਕਿ ਨੇਤਰਹੀਣ ਸੀ। ਉਹ ਸੰਤ ਵੈਲੈਂਟਾਈਨ ਨੂੰ ਰੋਜ਼ ਰਾਤ ਨੂੰ ਮਿਲਣ ਆਇਆ ਕਰਦੀ ਸੀ। ਜਿਸ ਦਿਨ ਵੈਲੈਂਟਾਈਨ ਨੂੰ ਫਾਂਸੀ ਦੇਣੀ ਸੀ ਉਸ ਤੋਂ ਪਹਿਲੀ ਰਾਤ ਵੈਲੈਂਟਾਈਨ ਨੇ ਇੱਕ ਪੱਤਰ ਰਾਜੇ ਦੀ ਲੜਕੀ ਨੂੰ ਲਿਖਿਆ, ਜਿਸ ਵਿੱਚ ਆਖਿਰ ਵਿੱਚ ਲਿਖਿਆ ਹੋਇਆ ਸੀ US ਵੈਲੈਂਟਾਈਨ। ਕਿਉਂਕਿ ਸੰਤ ਵੈਲੈਂਟਾਈਨ ਨੂੰ 14 ਫਰਵਰੀ ਨੂੰ ਫਾਂਸੀ ਦਿੱਤੀ ਗਈ, ਇਸ ਲਈ ਕੈਥੋਲਿਕ ਚਰਚ ਵੱਲੋਂ 14 ਫਰਵਰੀ ਨੂੰ ਸੰਤ ਵੈਲੈਂਟਾਈਨ ਡੇ ਮਨਾਇਆ ਜਾਂਦਾ ਹੈ। ਇਹ ਸੀ ਜੀ ਵੈਲੈਂਟਾਈਨ ਡੇ ਦੀ ਹਿਸਟਰੀ। ਤੁਹਾਨੂੰ ਜੇ ਸਾਡੀ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ।